ਜੀ ਸਤਿ ਸ਼੍ਰੀ ਅਕਾਲ, ਕਿੱਦਾਂ ਕੀ ਹਾਲ ਚਾਲ? ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅਤੇ ਆਪਾਂ ਹੁਣ ਚੱਲੇ ਵਾਪਸ ਅਤੇ ਸਮਾਨ ਸਮੂਨ ਰੱਖ ਲਿਆ ਸਾਰੇ ਜਣੇ। ਸ਼ਾਬਾਸ਼ ਅਤੇ ਮੰਮੀ ਅਤੇ ਡੈਡੀ ਅੱਗੇ ਬੈਠਾ ਵਾ। ਅਤੇ ਆਪਾਂ ਹੁਣ ਚੱਲੇ ਦਿੱਲੀ ਨੂੰ, ਟੈਕਸੀ ਬੁੱਕ ਕੀਤੀ ਸੀ ਅਤੇ ਬਸ ਨਿਕਲੇ ਘਰੋਂ, ਥੋੜ੍ਹਾ ਲੇਟ ਹੋ ਗਏ ਸੀ ਇਸ ਕਰਕੇ ਵੀਡੀਓ ਵੀ ਨਹੀਂ ਬਣਾਈ। ਅਤੇ ਹੁਣ ਜਾਂਦੇ ਜਾਂਦੇ ਬਣਾਉਣਾ ਪਿਆ ਮੈਂ। ਚਲੋ ਮਿਲਦੇ ਆਪਾਂ ਕਿਤੇ ਰਸਤੇ 'ਚ, ਰੁਕਾਂਗੇ ਫਿਰ ਤੁਹਾਨੂੰ ਗੱਲ ਪਤਾ ਸ਼ਿਵਾਜ ਸਿੰਘ ਕਿੱਥੇ ਵੜ ਗਿਆ। ਲਓ ਜੀ, ਆਪਾਂ ਹੁਣ ਦਿੱਲੀ ਜਾਂਦੇ ਪਏ ਸੀ ਅਤੇ ਰਸਤੇ 'ਚ ਰੋਕੇ ਹਾਂ ਰਾਜਪੁਰ ਲਾਗੇ ਨਾ, ਜਿਹੜਾ ਕਿ ਈਗਲ ਮੋਟਲ ਹੈ ਨਾ ਜਿਹੜਾ, ਉੱਥੇ ਈਗਲ ਪੁਆਇੰਟ ਜਿੱਥੇ ਸਾਰਾ ਰੈਸਟੋਰੈਂਟ ਵਗੈਰਾ ਹੈ ਵਗੈਰਾ। ਅਤੇ ਹੁਣ ਮੈਂ ਅਤੇ ਸ਼ਿਵਾਜ ਚੱਲੇ ਅੰਦਰ, ਮੰਮੀ ਡੈਡੀ ਅੰਦਰ ਚੱਲ ਗਏ ਆ। ਅੱਜ ਰਾਤ ਦੀ ਮੰਮੀ ਡੈਡੀ ਉਹਨਾਂ ਦੀ ਫਲੈਟ ਹੈ ਅਤੇ ਕੱਲ੍ਹ ਨੂੰ ਸਵੇਰੇ ਸਾਡੀ ਹੈ। ਬਸ ਤੁਸੀਂ ਕਿੱਥੇ ਚੱਲੇ? ਕਿੱਦਾਂ ਅਸੀਂ ਚੱਲੇ ਇੰਗਲੈਂਡ ਸ਼ਿਵਾਜ, ਇੰਗਲੈਂਡ ਸ਼ਿਵਾਜ ਚੱਲਿਆ ਵਾਪਸ ਮੰਮਾ ਕੋਲ। ਸ਼ਿਵਾਜ ਸ਼ਿਵਾਜ ਬੈਠਾ ਟੋਰ ਨਾਲ ਦਾਦੂ ਬਾਬਾ ਨਾਲ। ਹੁਣ ਸਾਡੀ ਟੀ ਬਰੇਕ ਹੋ ਗਈ ਇੱਥੇ, ਅਤੇ ਹੁਣ ਅਸੀਂ ਟੀ ਪੀਣਾ ਹੈ, ਚਾਹ ਪੀਣਾ, ਚਾਹ ਪੀਣਾ। ਸ਼ਿਵਾਜ ਚਾਹ ਪੀਣੀ? ਚਾਹ ਪੀਣੀ? ਚਾਹ ਪੀਣੀ? 5 ਵਜੇ ਚੱਲੇ ਚੱਲ, ਸੋਚਿਆ ਕਿ ਰਸਤੇ ਚਲੋ ਅੱਗੇ ਚਾਹ ਪੀ ਲਈਏ ਅਤੇ ਸ਼ਾਮ ਨੂੰ ਆਪਾਂ ਨੂੰ ਫੂਡ ਖਾਵਾਂਗੇ। ਹੁਣ ਨੈਕਸਟ ਆਪਾਂ ਉੱਥੇ ਹੀ ਰੁਕਣਾ ਜਿੱਥੇ ਫੂਡ ਖਾਣਾ ਨਾ, ਦਿੱਲੀ ਦੇ ਲਾਗੇ। ਮੰਮੀ ਬਸ ਹੁਣ ਤੂੰ ਵਾਪਸ ਜਾਣਾ, ਇਸ ਵਾਰੀ ਟਾਈਮ ਭੱਜਾ ਹੀ ਜਾਣਾ। ਆਉਣ ਵਾਲਾ ਇਹ ਜਿਹੜਾ ਲਾਸਟ 1 ਮਹੀਨਾ ਹੀ ਸਾਡਾ ਭੱਜਾ ਹੀ ਗਿਆ, ਪਤਾ ਹੀ ਨਹੀਂ ਲੱਗਾ ਕਦੋਂ ਬੀਤ ਗਿਆ। ਸ਼ਿਵਾਜ ਸ਼ਿਵਾਜ ਵੇਟ ਕਰਦਾ ਪਿਆ, ਇਹਦਾ ਪੀਜ਼ਾ ਔਡਰ ਕੀਤਾ, ਉਹ ਗੱਡੀ 'ਚ ਹੀ ਲੈ ਜਾਣਾ ਆਪਾਂ, ਵੀ ਗੱਡੀ 'ਚ ਬਹਿ ਕੇ ਆਰਾਮ ਨਾਲ। ਡੈਡੀ ਦੀ ਚਾਹ ਅਤੇ ਮੰਮੀ ਦੀ ਚਾਹ ਅਤੇ ਮੇਰੀ ਚਾਹ, ਤਿੰਨਾਂ ਦੀ ਆਪਣੀ ਆਪਾਂ ਉੱਥੇ ਰੁਕਣਾ ਵਾ ਅਤੇ ਚਾਹ ਪੀ ਕੇ ਚੱਲ ਜਾਣਾ ਬਸ। ਕਿਉਂਕਿ ਥੋੜ੍ਹਾ ਜਿਹਾ ਲੇਟ, ਪਿੱਛੋਂ ਲੇਟ ਹੈ, ਟ੍ਰੈਫਿਕ ਵੀ ਬਹੁਤ ਜ਼ਿਆਦਾ ਸੀ। ਅਤੇ ਅੱਜ ਰਾਤ ਜਿਹੜੀ ਫਲੈਟ ਮੰਮੀ ਦੇ 2:30 ਵਜੇ ਹੈ ਅਤੇ ਮੇਰੀ ਕੱਲ੍ਹ ਨੂੰ ਸ਼ਾਮ ਨੂੰ 4 ਵਜੇ ਹੈ, ਅਤੇ ਮੈਂ ਹੋਟਲ ਬੁੱਕ ਕੀਤਾ ਆਪਾਂ, ਮੈਨੂੰ ਹੋਟਲ ਛੱਡ ਕੇ ਇਹਨਾਂ ਨੇ ਉੱਧਰ ਨੂੰ ਆਪ ਏਅਰਪੋਰਟ ਚਲ ਜਾਣਾ। ਅਤੇ ਦੇਖੋ ਬਾਕੀ ਮਿਲਦੇ ਗਾਂਹ ਜਾ ਕੇ। ਮੰਮੀ ਡੈਡੀ ਨੇ ਬਾਹਰ ਖੜ੍ਹੇ 4 ਬੈਗ ਉੱਤੇ ਆ, ਬਾਕੀ ਪਿੱਛੇ ਆ, ਸਾਰੀ ਫੁੱਲ ਭਰੀ ਐਨ। ਸਾਡੇ ਟੋਟਲ ਬੈਗ ਹੈ 6-6 12 ਬੈਗ ਹੈ। ਸ਼ਿਵਾਜ ਪੀਜ਼ਾ ਦੇ, ਪੀਜ਼ਾ ਇੱਥੇ ਉਹਨਾਂ ਨੇ ਪਲੇਟਾਂ 'ਚ ਦਿੰਦੇ ਡੱਬੇ 'ਚ ਸ਼ਿਵਾਜ ਦਾ ਪੀਜ਼ਾ। ਇਹ ਕਹਿੰਦੇ ਗੱਡੀ 'ਚ ਖਾਣਾ, ਵਾਹ ਜੰਮੀ ਪੀਜ਼ਾ ਖਾਣਾ ਪੀਜ਼ਾ। ਚਲੋ ਗੱਡੀ 'ਚ ਬੈਠੀਏ ਫਿਰ ਖਾਂਦੇ। ਲਓ ਜੀ, ਆਪਾਂ ਹੁਣ ਪਹੁੰਚ ਗਏ ਦਿੱਲੀ ਗੋਲਡਨ ਹੱਟ ਦੇ ਲਾਗੇ, ਜਿਹੜਾ ਆਪਣਾ ਰਾਣੀ ਦਾ ਢਾਬਾ ਵਾ। ਆ ਜਾ ਅੱਜ, ਕਮ ਕਮ ਔਨ। ਡੈਡੀ ਨੇ ਵੀ ਆ ਗਿਆ ਗੋਲਡਨ ਹੱਟ। ਇਹ ਸਾਰਾ ਬਾਹਰੋਂ ਗੋਲਡਨ ਹੱਟ ਦਾ ਕਿ ਚਲੋ, ਇਹ ਉਹ ਬੰਦਾ ਜਿਹਨੇ ਕਿਸਾਨ ਦੇ ਮੋਰਚੇ 'ਚ ਹੈਲਪ ਸਾਰੀ ਕੀਤੀ ਸੀ ਕਿਸਾਨਾਂ ਵਾਸਤੇ, ਫ੍ਰੀ ਸਾਰਾ ਕੁਛ, ਫੂਡ ਰੂਮ ਸਾਰਾ ਕੁਛ ਸੀ ਨਾ। ਅਤੇ ਮੈਂ ਵੀ ਅੱਜ ਪਹਿਲੀ ਵਾਰੀ ਆਇਆ ਇੱਥੇ ਅਤੇ ਸੋਚਿਆ ਸੀ ਚੱਲ ਇਸ ਜਗ੍ਹਾ 'ਤੇ ਹੋ ਕੇ ਜਾਣਾ ਵਾ, ਆਪਣੀ ਤਮੰਨਾ ਪੂਰੀ ਹੋ ਗਈ ਵਾ। ਤੁਸੀਂ ਵੀ ਆਉਂਦੇ ਹੈ ਜ਼ਰੂਰ ਇੱਥੇ ਆਓ, ਜਿਹਨੇ ਆਪਣੀ ਹੈਲਪ ਕੀਤੀ ਸਾਰਾ ਕੁਛ ਛੱਡ ਕੇ, ਗੌਰਮੈਂਟਾਂ ਨਾਲ ਪੰਗੇ ਲਏ ਸੀ। ਆ ਲਿਖਿਆ ਇੱਥੇ ਨੋ ਫਾਰਮਰ ਨੋ ਫੂਡ। ਆਪਣੇ ਘਰ ਦੇ ਹੁਣ ਚੱਲ ਗਏ ਅੰਦਰ ਬੈਠੇ ਆ ਅਤੇ ਆਪਾਂ ਵੀ ਚੱਲੇ ਅੰਦਰ। ਸ਼ਿਵਾਜ ਚਿਪਸ ਡੈਡੀ ਨੇ ਬੈਠੇ ਆ, ਹੁਣ ਦੇਖਦੇ ਗੋਲਡਨ ਹੱਟ ਤੱਕ ਕੀ ਔਡਰ ਇਹ ਕਰਦੇ ਆ। ਹੈ ਡੈਡੀ ਜੀ ਪਸੰਦ? ਗੋਲਡਨ ਹੱਟ ਦੇ ਉੱਤੇ ਗੱਡੀਆਂ ਨਿਆਣਿਆਂ ਦੀਆਂ ਅਤੇ ਸ਼ਿਵਾਜ ਪਲੇ ਕਰਨ ਲੱਗਾ। ਯੈਸ, ਦੇਖਾ ਲਾਸਟ ਡੇ ਮੇਰਾ ਇੱਥੇ, ਆਪਾਂ ਇੰਗਲੈਂਡ ਚੱਲੇ ਹਾਂ ਬੈਕ, ਅਤੇ ਮੈਂ ਹੁਣ ਲਾਸਟ ਰਾਈਡ ਕਰਨ ਲੱਗਾ ਇੰਡੀਆ ਦੀ, ਉਹ ਵੀ ਗੋਲਡਨ ਹੱਟ ਦੇ ਉੱਤੇ। ਵਾਓ, ਉਹ ਬੀਬੀ ਜੀ ਵੱਲ ਜਾਓ, ਉਹ ਅਰੇ ਉੱਧਰ ਬੀਬੀ ਪਾਪਾ ਕਿੱਥੇ ਆ ਵੀ, ਉਹ ਸਾਹਮਣੇ ਬੀਬੀ ਪਾਪਾ ਜੀ, ਹਾਏ ਕਰੋ ਬੀਬੀ ਪਾਪਾ ਜੀ ਨੂੰ। ਵਾਓ ਸ਼ਿਵਾਜ, ਹੋ ਸ਼ਿਵਾਜ ਹਾਏ ਕਰ ਦੋ ਸਾਰਿਆਂ ਨੂੰ, ਹਾਏ
ਵਾਓ ਸਵਾਜ ਕਿੰਨੇ ਮਜ਼ੇ ਲੈ ਰਿਹਾ ਸਵਾਜ ਨੂੰ ਵੀ ਬਾਹਰ ਜਾ ਕੇ ਇਦਾਂ ਦੀ ਹੁਣ ਗੱਡੀ ਲੈ ਦੇਣੀ ਹੈ ਟਰੈਕਟਰ ਹੋ ਗਿਆ ਦੇਖੋ ਮੈਂ ਤੁਹਾਨੂੰ ਸਾਰਾ ਦਿਖਾਉਂਦਾ ਉੱਧਰ ਅੰਦਰ ਏ ਸੀ ਹਾਲ ਹੈ ਮੈਂ ਹੀ ਤਾਂ ਬਾਹਰ ਹੀ ਵੈਸੇ ਬੈਠੇ ਆ ਸੋਹਣਾ ਮੌਸਮ ਹੈ ਸਾਰੇ ਬੰਨੇ ਅੰਦਰ ਵੀ ਇੱਦਾਂ ਹੀ ਹੈ ਇਹ ਦੇਖੋ ਕਿੰਨਾ ਸੁੰਦਰ ਹੈ ਇਹਦੇ ਟੈਲੀਫੋਨ ਬਣਾਇਆ ਹੋਊਗਾ ਬਾਹਰ ਵਾਲਿਆਂ ਕੋਲ ਸਿਵਾਜ ਆਪਣੇ ਪ੍ਰਾਈਜ਼ ਖਾ ਰਿਹਾ ਏ ਮੰਮੀ ਚਾਹ ਪੀਣ ਵਾਲੀ ਮੇਰਾ ਫੂਡ ਜੇ ਬਾਕੀ ਆ ਅਸੀਂ ਦਾਲ ਮੱਖਣੀ ਮੰਗਾਈ ਸੀ ਨਾਲ ਪਾਲਕ ਪਨੀਰ ਅਤੇ ਨਾਲ ਚੀਜ਼ ਚਿੱਲੀ ਨਾਲ ਚੀਜ਼ ਰਾਈਸ ਐਂਡ ਗਾਰਲਿਕ ਨਾਨ ਅਤੇ ਸਾਰੇ ਖਾ ਚੁੱਕੇ ਆ ਅਤੇ ਮੈਂ ਭੁੱਲ ਗਏ ਵਲੌਗ ਬਣਾਉਣਾ ਅਤੇ ਆਪਾਂ ਖਾ ਕੇ ਫੁੱਲ ਹੋ ਚੁੱਕੇ ਆ ਡੈਡੀ ਆ ਬੈਠਾ ਡੈਡੀ ਦੀ ਵੀ ਚਾਹ ਆ ਗਈ ਡੈਡੀ ਕਹਿੰਦਾ ਚਾਹ ਪੀਣੀ ਇੱਧਰ ਘਰ ਇੱਥੇ ਅਤੇ ਮੈਂ ਘਰ ਪੀ ਲਓ ਮੁੜ ਕੇ ਗਾਂਹ ਜਾ ਕੇ ਇੰਗਲੈਂਡ ਦੀਆਂ ਚਾਹਵਾਂ ਪੀਣੀਆਂ ਘਰ ਦੀਆਂ ਲੀਆਂ ਇਹ ਸਾਲ ਬਾਅਦ ਡੈਡੀ ਨੇ ਤਾਂ 11ਵੇਂ 12ਵੇਂ ਮਹੀਨੇ ਆਏ ਨਾ ਇੰਡੀਆ ਵਾਪਸ ਰਹਿ ਕੇ ਤੋਂ ਜਦੋਂ ਮੇਰਾ ਥੋੜ੍ਹਾ ਟਾਈਮ ਹੀ ਜਾਣਾ 6-7 ਮਹੀਨੇ ਦੀ ਉੱਥੇ ਅਤੇ ਫਿਰ ਵਾਪਸ ਆ ਜਾਣਾ ਵਾ ਚਲੋ ਮਿਲਦੇ ਆਪਾਂ ਥੋੜ੍ਹੇ ਟਾਈਮ ਤੱਕ ਆਪਣੇ ਮੈਂ ਹੋਟਲ ਬੁੱਕ ਕੀਤਾ ਹੁਣ ਹੋਟਲ ਜਾ ਕੇ ਮਿਲਾਂਗੇ ਡੈਡੀ ਨੇ ਮੈਨੂੰ ਹੋਟਲ ਛੱਡ ਦੇਣਾ ਮੈਂ ਸ਼ਿਵਾਏ ਹੋਟਲ ਜਾਣਾ ਡੈਡੀ ਨੇ ਡੈਡੀ ਦੇ ਮੰਮੀ ਨੇ ਏਅਰਪੋਰਟ ਚਲ ਜਾਣਾ ਅਤੇ ਡਰਾਈਵਰ ਨੂੰ ਛੱਡ ਕੇ ਬਸ ਆਪਾਂ ਹੁਣ ਹੋਟਲ ਜਾ ਕੇ ਮਿਲਦੇ ਸ਼ਿਵਾਜ ਡਿਨਰ ਕਰਕੇ ਹੁਣ ਫਿਰ ਆ ਗਿਆ ਗੱਡੀ ਵਾਲਾ ਸ਼ਿਵਾਜ ਕਹਿੰਦਾ ਗੱਡੀ 'ਚ ਫਲਾਈਟ ਲੰਘ ਜਾਣੀ ਤੇਰੀ ਬਾਏ ਬਾਏ ਕਰ ਦਿਓ ਉਹ ਗੱਡੀ ਹੁਣ ਆਪਾਂ ਫਿਨਿਸ਼ ਆ ਹੁਣ ਆਪਾਂ ਚੱਲੇ ਹਾਂ ਹੋਟਲ ਮੈਨੂੰ ਇਹਨਾਂ ਨੇ ਹੋਟਲ ਛੱਡ ਕੇ ਫਿਰ ਡੈਡੀ ਨੇ ਏਅਰਪੋਰਟ 'ਤੇ ਚੱਲ ਜਾਣਾ ਅਤੇ ਏਅਰਪੋਰਟ ਤੋਂ ਬਾਅਦ ਉਹਨਾਂ ਦੀ ਫਲਾਈਟ ਹੈ ਅਤੇ ਮੈਨੂੰ ਹੋਟਲ ਹੀ ਛੱਡ ਦੇਣਾ ਬਸ ਚਲੋ ਮਿਲਦੇ ਥੋੜ੍ਹਾ ਟਾਈਮ ਤੱਕ ਆਪਾਂ ਹੁਣ ਦਿੱਲੀ ਹੋਟਲ 'ਚ ਆ ਗਏ ਹਾਂ ਅਤੇ ਹੋਟਲ 'ਚ ਰੂਮ ਮਿਲ ਗਿਆ ਹੁਣ ਸ਼ਿਵਾਜ ਦੇਖੋ ਕਿੱਦਾਂ ਬੈਠਾ ਪਿਆ ਬੈੱਡ 'ਤੇ ਸ਼ਿਵਾਜ ਹਾਏ ਇਹ ਸਾਡਾ ਹੋਟਲ ਹੈ ਉੱਧਰ ਏ ਸੀ ਲੱਗਾ ਇੱਧਰ ਟੀ ਵੀ ਹੈ ਇਹ ਸਾਡਾ ਸਮਾਨ ਦੋਨਾਂ ਪਿਓ ਪੁੱਤਰਾਂ ਦੇ ਦੋ ਅਲੱਗ ਉੱਧਰ ਚਾਰ ਆ ਵੱਡੇ ਆ ਅਤੇ ਇੱਧਰ ਬਾਥਰੂਮ ਹੈ ਸੋਹਣਾ ਸਾਰਾ ਕੁਛ ਹੈ ਇੱਧਰ ਸ਼ਾਵਰ ਰੂਮ ਵਗੈਰਾ ਸਾਰਾ ਨਾ ਤੋਲੀਆ ਜਿੱਦਾਂ ਵੀ ਹੈ ਅਤੇ ਇਹ ਰੂਮ ਸਾਡਾ ਬੈਠਣ ਲਈ ਸੋਹਣੀ ਚੀਜ਼ ਹੈ ਜੋ ਵੀ ਹੈ ਨਾ ਬਸ ਅਸੀਂ ਹੁਣ ਕੱਲ੍ਹ ਸ਼ਾਮ ਤੱਕ ਇੱਥੇ ਰਹਿਣਾ ਵਾ 12 ਵਜੇ ਤੱਕ ਅਤੇ ਉਹ ਤੋਂ ਬਾਅਦ ਸਾਡੀ 4 ਵਜੇ ਦੀ ਫਲੈਟ 4 ਵਜੇ ਆਪਾਂ ਮੁੜ ਕੇ ਮਤਲਬ 4 ਵਜੇ ਫਲੈਟ ਆਪਣੀ 4 ਵਜੇ ਆਪਣੀ ਫਲੈਟ ਹੈ ਫਲੈਟ ਆਪਾਂ ਪਹਿਲੋਂ 12 ਵਜੇ ਨੇ ਆਪਾਂ ਰੂਮ ਛੱਡ ਕੇ ਅਤੇ ਫਿਰ ਏਅਰਪੋਰਟ 'ਤੇ ਚਲ ਜਾਣਾ ਵਾ ਅਤੇ ਉਹ ਤੋਂ ਬਾਅਦ ਦੇਖਦੇ ਕੀ ਬਣਦਾ ਅੱਗੇ ਫਿਰ ਆਪਾਂ ਏਅਰਪੋਰਟ 'ਤੇ ਔਨਲਾਈਨ ਹੋ ਕੇ ਤੁਹਾਨੂੰ ਸਭ ਸ਼ੋਅ ਕਰਾਂਗੇ ਕਿਵੇਂ ਸਾਡਾ ਟ੍ਰਿਪ ਹੈ ਕਿੱਦਾਂ ਅਸੀਂ ਵਾਪਸ ਚੱਲੇ ਹੈ ਨਾ ਜੋ ਵੀ ਹੈ ਥੈਂਕ ਯੂ ਮਿਲਦੇ ਆਪਾਂ ਕੱਲ੍ਹ ਨੂੰ ਸਵੇਰੇ ਬਾਏ ਠੀਕ ਹੈ ਗੁੱਡ ਨਾਈਟ